ਮੈਮ ਕਿਸ ਤਰ੍ਹਾਂ ਦੀ ਕਾਰਵਾਈ ਅੱਜ ਰਹੀ ਹੈ, ਕਿੱਥੇ ਕਿੱਥੇ ਰੇਡ ਕੀਤੀ ਔਰ ਕਿੰਨੇ ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ? ਅਸੀਂ ਅੱਜ ਜਿੰਨੇ ਵੀ ਸਾਡੇ ਹੋਟਸਪੋਟ ਏਰੀਆ ਜੀ ਸੀਗੇ ਸ਼ਹਿਰ ਦੇ ਵਿੱਚ, ਉਹਨਾਂ ਕਈ ਥਾਵਾਂ ਦੇ ਉੱਤੇ ਰੇਡ ਕੀਤੀ ਹੈ। ਜਿਵੇਂ ਮੇਨ ਇੱਥੇ ਛੱਜ ਘੜਿਆਂ ਦਾ ਮਹੱਲਾ ਵੱਜਦਾ ਲਾਈਨੋ ਪਾਰ ਬੁਰਜਾਂ ਦਾ ਫਾਟਕ ਜਿਹੜਾ ਹੈਗਾ, ਉੱਥੇ ਸੁਣਿਆ ਹੈ ਵੀ ਕਾਫੀ ਜ਼ਿਆਦਾ ਜਿਹੜੇ ਅਡਿਕਟਡ ਨੇ ਉਹ ਆਉਂਦੇ ਨੇ ਇੱਥੋਂ ਲੈਣ। ਇੱਥੇ ਲੇਡੀਜ਼ ਜਿਹੜਾ ਜ਼ਿਆਦਾ ਕੰਮ ਕਰਦੀ, ਜਿੰਨੀ ਕੁ ਸਾਡੇ ਕੋਲ ਸ਼ਿਕਾਇਤ ਸੀਗੀ ਕਿ ਕਿਉਂਕਿ ਲੇਡੀਜ਼ ਨੂੰ ਚੈੱਕ ਕਰਨਾ ਔਖਾ ਹੈ ਔਰ ਜਿਹੜਾ ਲੇਡੀਜ਼ ਹੈ ਇਹਨਾਂ 'ਤੇ ਸ਼ੱਕ ਨਹੀਂ ਕੀਤਾ ਜਾਂਦਾ, ਫਿਰ ਅੱਗੋਂ ਬੱਚਿਆਂ ਨੂੰ ਵੀ ਕਈ ਵਾਰ ਯੂਜ਼ ਕਰ ਲੈਂਦੇ ਨੇ ਸਪਲਾਈ ਦੇਣ ਵਾਸਤੇ। ਇਹਨਾਂ ਦੀ ਗਲੀ ਦੇ ਵਿੱਚ ਸਵੇਰੇ ਸਰਚ ਵੀ ਕੀਤੀ, ਜਿੰਨੇ ਸ਼ੱਕੀ ਘਰ ਸੀ ਉਹ ਵੀ ਸਰਚ ਕੀਤੀ ਔਰ ਇਹ ਇੱਥੋਂ ਤੱਕ ਕੰਮ ਵੱਧ ਗਿਆ ਵੀ ਹੋਏ ਜਿਹੜੇ ਲੇਡੀਜ਼ ਇਹਨਾਂ 'ਤੇ ਕੋਈ ਸ਼ੱਕ ਨਹੀਂ ਕਰਦਾ, ਇਹ ਸ਼ਰੇਆਮ ਹੀ ਗਲੀਆਂ 'ਚ ਬੈਠ ਕੇ ਕਈ ਵਾਰੀ ਵੇਚ ਦਿੰਦੇ। ਕਿਵੇਂ ਟ੍ਰੈਪ ਤੁਸੀਂ ਲਾਇਆ, ਸਿਵਲ ਵਰਦੀ ਤੁਸੀਂ ਖੁਦ ਬਾਈਕ ਲੈ ਕੇ ਇੱਥੇ ਪਹੁੰਚੇ, ਟ੍ਰੈਪ ਕਿਵੇਂ ਲਾਇਆ? ਟ੍ਰੈਪ ਇਹ ਸੀਗਾ ਸਾਨੂੰ ਕਿਸੇ ਮੁਖਬਰੀ 'ਤੇ ਸੀਗੀ, ਸਾਨੂੰ ਪਤਾ ਤਾਂ ਹੈ ਸੀ ਵੀ ਇੱਥੇ ਇਹ ਕਰਦੇ ਹੈਗੇ ਆ, ਪਰੰਤੂ ਜਦੋਂ ਇਹ ਪੁਲਿਸ ਵਰਦੀ 'ਚ ਆਈ ਹੈ ਨਾ, ਇਹ ਦੂਰੋਂ ਦੇਖ ਲੈਂਦੇ ਨੇ ਔਰ ਇਹ ਆਪਣਾ ਸਭ ਕੁਛ ਖਤਮ, ਕੁਛ ਵੀ ਨਹੀਂ ਮਿਲਦਾ। ਅੱਜ ਮੈਂ ਸਿਵਲ ਕੱਪੜਿਆਂ 'ਚ ਆਏ ਔਰ ਆ ਕੇ ਇਹਨਾਂ ਨੂੰ ਪੈਸੇ ਦਿੱਤੇ ਅਤੇ ਪਰਚੇਜ਼ ਕਰ ਲਿਆ। ਇਹਨਾਂ ਨੇ ਮਤਲਬ ਸ਼ੱਕ ਵੀ ਨਹੀਂ ਜ਼ਾਹਰ ਕੀਤਾ ਕਿਉਂਕਿ ਮੇਰੀ ਪੋਸਟਿੰਗ ਹੁਣੇ ਹੁਣੇ ਹੋਈ ਹੈ, ਇਹਨਾਂ ਨੇ ਮੈਨੂੰ ਦੇਖਿਆ ਹੀ ਨਹੀਂ ਸੀ। ਇਹਨਾਂ ਨੂੰ ਸੇਲ ਕਰਾ ਲਿਆ, ਜਿਹੜੇ ਹੱਥ ਵਿੱਚ ਲਿਫਾਫੇ ਸੀਗਾ ਉਹਦੇ ਵਿੱਚੋਂ ਉਹਨੇ ਦੋ ਬਾਊਚ ਕੱਢ ਕੇ ਦੇ ਤੇ, ਬਾਕੀ ਜਿਹੜਾ ਉਹਨਾਂ ਕੋਲ ਸੀ। ਪਰ ਉਹ ਲੇਡੀਜ਼ ਦੋ ਉਹ ਸੀਗੀਆਂ ਮੌਕੇ 'ਤੇ, ਮੈਂ ਜਦੋਂ ਇੱਕ ਨੂੰ ਕੈਚ ਕਰਿਆ ਤਾਂ ਦੂਸਰੀ ਜਿਹੜੀ ਸੀਗੀ ਉਹ ਭੱਜ ਨਿਕਲੀ, ਉਹ ਬਚਨ 'ਚ ਕਾਮਯਾਬ ਹੋ ਗਈ। ਪਹਿਲਾਂ ਵੀ ਬੈਕਗਰਾਊਂਡ ਕ੍ਰਿਮੀਨਲ ਰਿਹਾ ਇਹਨਾਂ ਦਾ, ਕੋਈ ਐਫ ਆਈ ਆਰ ਦਰਜ ਨਹੀਂ ਪਹਿਲਾਂ ਦੇ ਖਿਲਾਫ? ਹਾਂ, ਇਹਨਾਂ 'ਤੇ ਜਿਹੜੀ ਲੇਡੀ ਕਾਬੂ ਹੋਈ ਇਹਦੇ 'ਤੇ ਵੀ ਪਹਿਲਾਂ ਦੋ ਪਰਚੇ ਐਨ ਡੀ ਦੇ ਹੈਗੇ ਔਰ ਇਹਦੀ ਫੈਮਿਲੀ ਮੈਂਬਰਸ ਹੋਰ ਵੀ ਜਿਹੜੇ ਹੈਗੇ ਨੇ ਐਨ ਡੀ ਵਿੱਚ ਅੰਦਰ ਹੈਗੇ। ਲੋਕਾਂ ਨੂੰ ਕੀ ਅਪੀਲ ਕਰਦੇ? ਲੋਕਾਂ ਨੂੰ ਅਪੀਲ ਇਹ ਕਰਦੇ ਹਾਂ ਵੀ ਇਹੋ ਜਿਹੇ ਲੋਕਾਂ ਤੋਂ ਆਪਣੇ ਬੱਚੇ ਬਚਾ ਕੇ ਰੱਖੋ ਔਰ ਸਾਡਾ ਸਹਿਯੋਗ ਦਿਓ, ਕਿਉਂਕਿ ਹੁਣ ਇਹ ਗਲੀ ਦੇ ਵਿੱਚ ਥੋੜ੍ਹੇ ਘਰ ਹੈਗੇ ਨੇ ਜਿਨ੍ਹਾਂ ਦੀ ਕੰਪਲੇਂਟ ਆ, ਬਾਕੀ ਜਿਹੜੇ ਘਰ ਠੀਕ ਨੇ ਉਹ ਗਾਏ ਵਗਾਏ ਦੱਸਦੇ ਵੀ ਰਹਿੰਦੇ ਨੇ। ਪਰ ਉਹਨਾਂ ਨੂੰ ਕਿਹਾ ਵੀ ਕਿ ਸ਼ਰੇਆਮ ਤੁਸੀਂ ਇੱਕ ਵਾਰੀ, ਜਿਹੜਾ ਬੰਦਾ ਸਮਾਜ ਦੇ ਦੁਸ਼ਮਣ ਹੁੰਦੇ ਨੇ, ਜਿਹੜੇ ਨਸ਼ੇ ਵੇਚਣ ਵਾਲੇ ਲੋਕ ਹੈ, ਸਭ ਤੋਂ ਵੱਡੇ ਦੁਸ਼ਮਣ ਨੇ ਸਮਾਜ ਦੇ, ਕਿਉਂਕਿ ਅੱਜ ਦੇ ਟਾਈਮ ਦੇ ਵਿੱਚ ਦੇਖੀ ਆਪਾਂ ਇੱਕ ਇੱਕ ਦੋ ਦੋ ਬੱਚੇ ਨੇ ਲੋਕਾਂ ਦੇ ਜਿਹੜੇ ਇਹਨਾਂ ਨੇ ਖਤਮ ਕਰਤੇ ਆ। ਔਰ ਇੱਥੋਂ ਤੱਕ ਕਿ ਹੁਣ ਕੁੜੀਆਂ ਵੀ ਇਸ ਗ੍ਰਿਫਤ 'ਚ ਆ ਗਈਆਂ। ਮੇਰੇ ਕੋਲ ਇੱਕ ਦਿਨ ਇੱਕ ਮਦਰ ਆਈ ਸੀ, ਦੱਸਦੀ ਸੀ ਕਿ ਮੇਰੀ ਇੱਕ ਸਿੰਗਲ ਹੀ ਬੇਟੀ ਹੈਗੀ ਆ, ਉਹ ਅਡਿਕਟਡ ਹੋ ਗਈ ਆ ਔਰ ਮੇਰੇ ਘਰ ਹੀ ਬੈਠੀ ਆ ਅਤੇ ਬਿਲਕੁਲ ਸਾਰਾ ਖਤਮ ਹੋ ਗਿਆ। ਜੇ ਆਪਾਂ ਕਹੀਏ ਪਹਿਲਾਂ ਲੜਕੇ ਸੀ ਅਤੇ ਹੁਣ ਲੜਕੀਆਂ ਵੀ ਇਹਨਾਂ ਨੇ ਅਡਿਕਟਡ ਕਰਤੀ, ਲੋਕਾਂ ਨੂੰ ਇਹੀ ਅਪੀਲ ਕਰਦੇ ਵੀ ਇਸ ਚੀਜ਼ ਤੋਂ ਬਚੋ। ਅੱਜ ਵੀ ਇੱਥੇ ਪਹੁੰਚੇ ਤੁਹਾਨੂੰ ਸਾਰਾ ਲੈਣਾ ਪਿਆ ਅਡਿਕਟ ਲੇਡੀਜ਼ ਨੂੰ, ਲੜਕੀ ਨੂੰ ਨਾਲ ਲੈ ਕੇ ਆਇਓ? ਬਿਲਕੁਲ ਲੈਣਾ ਪਿਆ, ਕਿਉਂਕਿ ਇਹ ਨੋਨ ਤੋਂ ਬਿਨਾਂ ਦਿੰਦੇ ਨੇ, ਇਹਨਾਂ ਦੇ ਜਿਹੜੇ ਪੱਕੇ ਗਾਹਕ ਨੇ ਨਾ ਉਹਨਾਂ ਨੂੰ ਇਹ ਦਿੰਦੇ ਆ ਔਰ ਵੇਚਦੇ ਬੜੀ ਨਿਡਰਤਾ ਨਾਲ, ਪਰਵਾਹ ਹੀ ਨਹੀਂ ਕਰਦੇ ਬਿਲਕੁਲ।